ਦੇਖੋ ਮੱਛੀ ਪਾਲਣ ਦਾ ਜਿੱਥੇ ਸਵਾਲ ਹੈਗਾ, ਮੱਛੀ ਪਾਲਣ ਤੋਂ ਸਾਰੇ ਏਰੀਆ 'ਚ ਹੋ ਸਕਦਾ, ਜਿੱਥੇ ਮਿੱਠਾ ਪਾਣੀ ਹੈਗਾ, ਨਹਿਰ ਦਾ ਪਾਣੀ ਹੈਗਾ, ਟਿਊਬਵੈੱਲਾਂ ਦਾ ਪਾਣੀ ਵੀ ਹੈਗਾ, ਉੱਥੇ ਮੱਛੀ ਪਾਲਣ ਹੋ ਸਕਦਾ ਹੈ। ਜਿੱਥੇ ਖਾਰਾ ਪਾਣੀ ਉੱਥੇ ਪ੍ਰੋਬਲਮ ਸੀਗੀ ਕਿ ਉੱਥੇ ਮੱਛੀ ਪਾਲਣ ਨਹੀਂ ਹੋ ਸਕਦਾ, ਉੱਥੇ ਝੀਂਗਾ ਪਾਲਣ ਹੋ ਸਕਦਾ ਹੈ। ਜਿਵੇਂ ਤੁਸੀਂ ਦੇਖਿਆ ਪਿੱਛੇ ਕਵਰ ਵੀ ਕੀਤਾ ਪ੍ਰੈਸ ਨੇ ਕਾਫੀ, ਕਿ ਜਿਹੜਾ ਸਾਡਾ ਇਲਾਕਾ ਸੀਗਾ ਜੋ ਲੋਅ ਲਾਈਨ ਸੀਗਾ, ਅਤੇ ਉੱਥੇ ਸੇਮ ਆ ਗਈ ਸੀ। ਉਹ ਸੇਮ ਕਿਉਂ ਆ ਗਈ ਕਿ ਇੱਕ ਤਾਂ ਲੋਅ ਲਾਈਨ ਸੀਗਾ, ਥੱਲੇ ਦਾ ਪਾਣੀ ਖਾਰਾ ਸੀਗਾ, ਅਤੇ ਉਹ ਪਾਣੀ ਇਰੀਗੇਸ਼ਨ ਲਈ ਯੂਜ਼ ਨਹੀਂ ਹੁੰਦਾ ਸੀ। ਤਾਂ ਪਾਣੀ ਨਹਿਰ ਦਾ ਲਗਾਉਂਦੇ ਰਹੇ, ਉਹਦੇ ਨਾਲ ਸੇਮ ਉੱਤੇ ਆਉਂਦੇ ਰਹੇ, ਸੇਮ ਉੱਤੇ ਆਏ ਤਾਂ ਉਹਦੇ ਨਾਲ ਜਿਹੜੇ ਸਾਲਟ ਹੈ ਉੱਤੇ ਆ ਜਾਂਦੇ ਨੇ, ਲੈਂਡ ਵੀ ਸਲੈਂਡ ਹੋ ਜਾਂਦੀ ਹੈ, ਉੱਥੇ ਕੁਛ ਨਹੀਂ ਹੁੰਦਾ। ਤਾਂ ਉਸ ਲੈਂਡ ਦੇ ਵਿੱਚ ਕੋਈ ਫਸਲ ਨਹੀਂ ਹੋ ਰਹੀ ਸੀ, ਕਿਲੋ ਦਾਣੇ ਵੀ ਨਹੀਂ ਹੁੰਦੇ ਸੀ, ਅਤੇ ਹਜ਼ਾਰੋਂ ਏਕੜ ਇਸ ਤਰ੍ਹਾਂ ਦੀ ਮੁਕਤਸਰ ਅਤੇ ਆਪਣੇ ਫਾਜ਼ਿਲਕਾ ਮਾਨਸਾ ਦੇ ਕੁਛ ਇਲਾਕੇ ਇਸ ਤਰ੍ਹਾਂ ਦੇ ਜਿਹੜੇ ਹੈਗੇ, ਤਾਂ ਉੱਥੇ ਕੋਈ ਫਸਲ ਨਹੀਂ ਹੋ ਰਹੀ ਸੀ ਔਰ ਪਾਣੀ ਖੜਾ ਰਹਿੰਦਾ ਸੀ। ਉੱਥੇ 2014 'ਚ ਇਹ ਝੀਂਗਾ ਪਾਲਣ ਦਾ ਸਟਾਰਟ ਕੀਤਾ ਗਿਆ, ਔਰ ਉਸ ਦੇ ਕਾਰਨ ਉਸ ਫਾਰਮਰ ਦੇ, ਉੱਥੇ ਦੇ ਜਿਹੜੇ ਫਾਰਮਰ ਨੇ ਜਿਨ੍ਹਾਂ ਨੇ ਝੀਂਗਾ ਪਾਲਣ ਸਟਾਰਟ ਕੀਤਾ ਸੀ, ਉਹ 1 ਕਿੱਲੇ ਤੋਂ 50,000 ਤੋਂ ਲੈ ਕੇ 5 ਲੱਖ ਦੀ ਪੈਦਾਵਾਰ ਲੈ ਰਹੇ ਨੇ, ਆਮਦਨ ਲੈ ਰਹੇ ਨੇ, ਆਫਟਰ ਡਿਡਕਟਿੰਗ ਆਲ ਦਾ ਐਕਸਪੈਂਸਿਸ, ਖਰਚੇ ਕੱਢ ਕੇ। ਅਤੇ ਉਹਨਾਂ ਦੀ ਜਿਹੜੀ ਪ੍ਰੋਫਿਟ ਹੈਗਾ, ਨੈੱਟ ਪ੍ਰੋਫਿਟ, ਉਹ 5 ਲੱਖ ਤੱਕ ਦਿੱਤਾ। ਪਿਛਲੇ ਸਾਲ ਇੱਕ ਹੈਗੇ ਰਾਜੂ, ਉਹਨਾਂ ਨੇ ਰਾਜੂ ਨਾਰੰਗ, ਉਹਨਾਂ ਨੇ ਲਗਭਗ 9,40,000 ਦਾ 1 ਕਿੱਲੇ ਦੀ ਫਸਲ ਵੇਚੀ ਸੀਗੀ। ਤੁਸੀਂ 3-4 ਲੱਖ ਖਰਚਾ ਵੀ ਲਾ ਲਿਓ ਤਾਂ ਵੀ ਉਹ ਮਤਲਬ 5-6.5-6 ਲੱਖ ਉਹਨੂੰ ਆਮਦਨ ਹੋਈ, ਸ਼ੁੱਧ ਆਮਦਨ ਜਿਹੜੀ ਉਹ ਹੋਈ। ਅਤੇ ਜੇ ਆਪਾਂ ਦੇਖੀਏ, ਪਹਿਲਾਂ ਕਹਿੰਦੇ ਸੀ ਕਿ ਪਰ ਯੂਨਿਟ ਏਰੀਆ ਜਿਹੜਾ ਇਹ ਆਪਣਾ ਮੁਰਗੀ ਪਾਲਣ ਹੈ ਉਹ ਸਭ ਤੋਂ ਚੰਗਾ ਹੈਗਾ, ਕਿ ਪਰ ਯੂਨਿਟ ਏਰੀਆ ਜਿਹੜਾ ਰਿਟਰਨ ਆਉਂਦਾ ਉਹ ਮੁਰਗੀ ਪਾਲਣ 'ਚ ਸਭ ਤੋਂ ਵਧਾਉਂਦਾ ਹੈ। ਪਰ ਇਹ ਜਿਹੜਾ ਝੀਂਗਾ ਪਾਲਣ ਹੈ, ਇਹਨੇ ਹੋਰ ਵੀ ਉਹਨੂੰ ਜ਼ਿਆਦਾ ਬੜਾ ਦਿੱਤਾ ਹੈ, ਕਿ ਪਰ ਯੂਨਿਟ ਏਰੀਆ ਤੁਹਾਡਾ ਪ੍ਰੋਫਿਟ ਵੀ ਜ਼ਿਆਦਾ ਆਉਂਦਾ ਹੈ, ਛੇਤੀ ਵੀ ਆਉਂਦਾ, ਕਿਉਂਕਿ ਇਹ ਫਸਲ ਹੈਗੀ ਕੁੱਲ 4 ਮਹੀਨੇ ਦੀ। ਮੁਰਗੀ ਤੋਂ ਤੁਸੀਂ ਸਾਰਾ ਸਾਲ ਕਰੋਗੇ, ਡਿਫਰੈਂਟ 6 ਬੈਚਿਸ ਕਰੋਗੇ ਬਰੋਇਲਰ ਦੇ, ਤਾਂ ਜਾ ਕੇ ਤੁਹਾਨੂੰ ਫਾਇਦਾ ਮਿਲਦਾ ਹੈ। ਇਹ ਤੁਹਾਨੂੰ 1 ਬੈਚ 'ਚ 4 ਮਹੀਨੇ ਦੀ ਫਸਲ ਹੈ, ਉਹ ਤੁਹਾਨੂੰ 5 ਲੱਖ ਤੱਕ ਫਾਇਦਾ ਦੇ ਸਕਦਾ ਹੈ, ਜੇ ਤੁਸੀਂ ਮਾਹਿਰਾਂ ਦੀ ਸਲਾਹ ਦੇ ਨਾਲ ਉਹ ਕੰਮ ਕਰਦੇ ਹੋ, ਟ੍ਰੇਨਿੰਗ ਲੈ ਕੇ, ਪ੍ਰੋਪਰ ਟ੍ਰੇਨਿੰਗ ਲੈ ਕੇ, ਬਾਰ ਬਾਰ ਆਪਣਾ ਜਿਹੜਾ ਸੀਡ ਹੈਗਾ, ਜਿਹੜਾ ਤੁਸੀਂ ਉਹਦਾ ਝੀਂਗਾ ਦਾ ਸੀਡ ਲੈ ਕੇ ਆਉਂਦੇ ਹੋ, ਉਹਦੀ ਜਾਂਚ ਕਰਾਓ, ਪਾਣੀ ਦੇ ਨਮੂਨੇ ਦੀ ਜਾਂਚ ਕਰਾਉਂਦੇ ਰਹੋ, ਅਤੇ ਤਾਂ ਕਿ ਕੋਈ ਬਿਮਾਰੀਆਂ ਨਾ ਆਵੇ, ਅਤੇ ਜਿਹੜੀ ਉਹਨਾਂ ਦੀ ਗਰੋਥ ਹੈ ਉਹ ਚੰਗੀ ਹੋਵੇ। ਤਾਂ ਫਿਰ ਤੁਹਾਨੂੰ ਬੈਨੀਫਿਟ ਵੀ ਜ਼ਿਆਦਾ ਮਿਲਦਾ ਹੈ, ਅਤੇ ਨੁਕਸਾਨ ਹੁੰਦਾ ਹੈ, ਉਸ ਤੋਂ ਤੁਸੀਂ ਬਚ ਸਕਦੇ ਹੋ। ਦੇਖੋ 1 ਕਿੱਲੇ ਤੋਂ ਨਾ ਤੁਸੀਂ 3 ਟਨ ਤੋਂ 4 ਟਨ ਲੈ ਸਕਦੇ ਹੋ, ਔਰ 4 ਮਹੀਨਿਆਂ ਦੀ ਫਸਲ ਹੈਗੀ, ਉਹਦਾ ਰੇਟ ਹੁੰਦਾ ਹੈ ਲਗਭਗ 300 ਰੁਪਏ। ਜੇ ਤੁਹਾਡੇ 25 ਗ੍ਰਾਮ ਦਾ ਝੀਂਗਾ ਹੈਗਾ ਤਾਂ 40 ਚੜਨਗੇ 1 ਕਿੱਲੋ 'ਚ, ਐਂਡ ਯੂ ਗੈਟ ਅਬਾਊਟ 300 ਰੁਪੀਜ਼ ਪਰ ਕਿੱਲੋ। ਤੋ ਜੇ 3 ਟਨ ਵੀ ਹੋਇਆ ਤਾਂ ਉਹ ਤੁਸੀਂ ਲਗਾ ਲਿਓ 9 ਲੱਖ ਦੀ ਫਸਲ ਹੋ ਗਈ, ਜੇ 4 ਟਨ ਹੋਇਆ ਤਾਂ 10-12 ਲੱਖ ਦੀ ਫਸਲ ਵੀ ਹੋ ਜਾਊਗੀ। ਉਹਦੇ ਵਿੱਚ ਤੁਸੀਂ 3-4 ਲੱਖ ਆਪਣਾ ਸੀਡ ਦਾ, ਫੀਡ ਦਾ, ਉਹ ਸਾਰਾ ਖਰਚਾ ਵੀ ਕੱਢ ਲਿਓ, ਤੋ ਕਾਫੀ ਲਾਹੇਮੰਦ ਕੀਤਾ ਹੈਗਾ। ਇਹਦੇ ਵਿੱਚ ਅਸੀਂ ਨਾ ਟ੍ਰੇਨਿੰਗ ਵੀ ਦਿੰਦੇ ਨੇ, ਅਤੇ ਟ੍ਰੇਨਿੰਗ ਦੇ ਨਾਲ ਨਾਲ ਹੈਂਡ ਹੋਲਡਿੰਗ ਵੀ ਕਰਦੇ ਨੇ। ਜੇ ਫਾਰਮਰ ਜਿਵੇਂ ਫਾਜ਼ਿਲਕਾ ਦਾ ਹੈ, ਉਹ ਬਾਰ ਬਾਰ ਇੱਥੇ ਨਹੀਂ ਆ ਸਕਦਾ, ਤੋ ਅਸੀਂ ਸਾਡੇ ਵਿਗਿਆਨੀ ਹੈ, ਉਹ ਉੱਥੇ ਜਾ ਕੇ ਉਹਨਾਂ ਦੇ ਸੈਂਪਲ ਤੋਂ ਇੱਥੇ ਆਉਂਦੇ ਹੈ, ਉਹਨਾਂ ਦੇ ਪਾਣੀ ਦੇ ਸੈਂਪਲ, ਉਹਨਾਂ ਦੇ ਜਿਹੜੇ ਸੀਡ ਦੇ ਸੈਂਪਲ ਹੈ, ਉਹ ਜਦੋਂ ਲੈਣ, ਉਹ 10-10 ਸੈਂਪਲ ਇੱਥੇ ਦੇ ਆਪਣੇ ਜਿਹੜਾ ਤਲਾਬ 'ਚ ਪਾਇਆ ਹੈ,
ਤੋ ਉਹਨਾਂ ਨੂੰ ਸੈਂਪਲ ਦੀ ਜਾਂਚ ਹੋ ਜਾਂਦੀ ਹੈ, ਉਹਨਾਂ ਦਾ ਸੀਡ ਚੰਗਾ ਹੈਗਾ ਕਿਆ। ਸੀਡ ਜਿਹੜਾ ਲੈਣਾ ਹੈ ਉਹ ਸਰਟੀਫਾਈਡ ਏਜੰਸੀ ਤੋਂ ਲੈਣ, ਜਿਸ ਤੋਂ ਵੀ ਲੈਣਾ ਯੂਨੀਵਰਸਿਟੀ ਦੇ ਨਾਲ ਜਾਂ ਫਿਸ਼ਰੀ ਡਿਪਾਰਟਮੈਂਟ ਦੇ ਮਾਹਿਰਾਂ ਦੇ ਨਾਲ ਇੱਕ ਰਾਬਤਾ ਕਰਕੇ ਤਾਂ ਫਿਰ ਤੁਸੀਂ ਲਓਗੇ, ਤਾਂ ਫਿਰ ਤੁਸੀਂ ਲੋਸ ਤੋਂ ਬਚ ਸਕਦੇ ਹੋ। ਯੂਨੀਵਰਸਿਟੀ ਤੁਹਾਨੂੰ ਟੈਸਟਿੰਗ ਦਿੰਦੀ ਹੈ, ਟ੍ਰੇਨਿੰਗ ਦਿੰਦੀ ਹੈ, ਟੈਸਟਿੰਗ ਦੀ ਜੋ ਸੁਵਿਧਾ ਹੈ, ਪਾਣੀ ਦੀ ਹੈ, ਬੀਜ ਦੀ ਹੈ, ਹੋਰ ਕੋਈ ਬਿਮਾਰੀਆਂ ਦੀ ਹੈ, ਅਤੇ ਉਹਦੇ ਬਚਾਅ ਦੇ ਤਰੀਕੇ ਵੀ ਦੱਸਦੀ ਹੈ। ਟ੍ਰੇਨਿੰਗ ਅਸੀਂ ਜੇ ਤੁਸੀਂ ਆਪਣੇ ਪਿੰਡ 'ਚ ਜਾਂਦੇ ਹੋ, ਅਸੀਂ ਉੱਥੇ ਜਾ ਕੇ ਵੀ ਤੁਹਾਨੂੰ ਟ੍ਰੇਨਿੰਗ ਦੇ ਸਕਦੇ ਹਾਂ ਸਾਡੇ ਕਿਸਾਨ ਵੀਰਾਂ ਨੂੰ। ਔਰ ਖਾਸ ਤੌਰ 'ਤੇ ਜਿਵੇਂ ਮੈਂ ਦੱਸਿਆ ਕਿ ਤੁਹਾਡਾ ਜ਼ੀਰੋ ਇਨਪੁੱਟ ਜ਼ੀਰੋ ਆਊਟਪੁੱਟ ਵਾਲਾ ਉਹ ਇਲਾਕਾ ਹੈਗਾ, ਉੱਥੇ ਜੇ ਇਹ ਕੀਤਾ ਜਾਵੇ। ਪਰ ਇੱਕ ਮੈਂ ਕੌਸ਼ਨ ਕਰਨਾ ਚਾਹਾਂਗਾ, ਅਤੇ ਮੈਂ ਉਮੀਦ ਰੱਖਾਂਗੇ ਕਿ ਪੰਜਾਬ ਸਰਕਾਰ ਵੀ ਉਹਨੂੰ ਬੜੀ ਗੌਰ ਕਰੇਗੀ ਉਹਦੇ ਉੱਤੇ, ਕਿ ਇਹਦੀ ਆਮਦਨ ਦੇਖ ਕੇ ਕਈ ਇਲਾਕਿਆਂ 'ਚ ਉਹ ਜ਼ਿਆਦਾ ਡੂੰਘੇ ਬੋਰ ਕਰਕੇ ਤਾਂ ਫਿਰ ਉਹ ਝੀਂਗਾ ਪਾਲਣ ਕਰਨ ਲੱਗੇ ਨੇ, ਜੋ ਕਿ ਗਲਤ ਹੈਗਾ, ਕਿਉਂਕਿ ਉਹ ਫਿਰ ਉਸ ਏਰੀਆ ਦੇ ਜਿਹੜੇ ਹੈਗੇ ਆਸ ਪਾਸ ਦੇ ਖੇਤ ਹੈ ਉਹਨਾਂ ਨੂੰ ਉਸ ਦੇ ਨਾਲ ਸੈਲਿਨਿਟੀ ਇਨਕਰੀਜ਼ ਹੋ ਜਾਊਗੀ। ਜੇ ਸੈਲਾਈਨ ਵਾਟਰ ਤੁਸੀਂ ਉੱਤੇ ਲਾ ਕੇ ਤਲਾਬ ਦੇ ਵਿੱਚ ਪਾਓਗੇ ਤਾਂ ਉਹ ਸੈਲਿਨਿਟੀ ਵੱਧ ਜੂਗੀ ਉੱਥੇ, ਉਹ ਨਹੀਂ ਕਰਨਾ ਚਾਹੀਦਾ। ਤਾਂ ਪੰਜਾਬ ਗੌਰਮੈਂਟ ਨੇ ਆਈਡੈਂਟੀਫਾਈ ਕਰਨਾ ਚਾਹੀਦਾ ਕਿ ਇਹ ਇਹ ਬਲੋਕ ਹੈਗੇ, ਇਹ ਇਹ ਪਿੰਡ ਹੈਗੇ ਜਿੱਥੇ ਝੀਂਗਾ ਪਾਲਣ ਵਾਲਾ ਉਹ ਕੀਤਾ ਜਾਵੇ, ਤਾਂ ਜਾ ਕੇ ਆਪਾਂ ਉਸ ਏਰੀਆ 'ਚ ਇਹਨੂੰ ਜ਼ਿਆਦਾ ਪ੍ਰੋਤਸਾਹਿਤ ਕਰਨਾ ਲੋੜ ਹੈ। ਮੱਛੀ ਪਾਲਣ ਦਾ ਲਗਭਗ 14,000 ਏਕੜ ਹੈਗਾ, ਅਤੇ ਝੀਂਗਾ ਪਾਲਣ ਦਾ 1300 ਏਕੜ ਦੇ ਆਲੇ ਦੁਆਲੇ ਹੈਗਾ। ਐਗਜੈਕਟ ਫਿਗਰ ਤੁਹਾਨੂੰ ਫਿਸ਼ਰੀ ਡਿਪਾਰਟਮੈਂਟ ਤੋਂ ਮਿਲ ਜੂਗੀ, ਪਰ ਫਿਸ਼ਰੀ ਡਿਪਾਰਟਮੈਂਟ ਵੀ ਕਰਦਾ ਹੈ ਲਗਭਗ 8-9 ਹੈਚਰੀ ਹੈਗੀ ਫਿਸ਼ਰੀ ਡਿਪਾਰਟਮੈਂਟ ਦੀ, ਜਿੱਥੇ ਉਹ ਮੱਛੀ ਦਾ ਬੀਜ ਪੈਦਾ ਕਰਕੇ ਕਿਸਾਨਾਂ ਨੂੰ ਦਿੰਦੇ ਨੇ। ਤੋ ਯੂਨੀਵਰਸਿਟੀ ਜਿਹੜੀ ਹੈ ਉਹਦੇ ਇਲਾਵਾ ਇੱਕ ਆਇਆ ਹੈ ਇੰਟੈਂਸਿਵ ਐਕੁਆਕਲਚਰ, ਕਿ ਘੱਟ ਥਾਂ ਦੇ ਉੱਤੇ ਤੁਸੀਂ ਕਿਵੇਂ ਵੱਧ ਉਤਪਾਦਨ ਲੈਣਾ ਮੱਛੀ ਦਾ, ਉਹ ਇੰਟੈਂਸਿਵ ਐਕੁਆਕਲਚਰ ਕਹਿੰਦੇ ਹਨ। ਤੋ ਉਹਦੇ ਵਿੱਚ ਦੋ ਸਿਸਟਮ ਹੁੰਦੇ ਬੇਸਿਕਲੀ। ਇੱਕ ਤੋਂ ਹੁੰਦਾ ਬਾਇਓਫਲੋਕ ਸਿਸਟਮ, ਜਿੱਥੇ ਇੱਕ ਬੈਕਟੀਰੀਆ ਵਗੈਰਾ ਹੁੰਦੇ ਸੂਕਸ਼ਮ ਜੀਵ, ਉਹਨਾਂ ਦੇ ਰਾਹੀਂ ਜਿਹੜਾ ਮੱਛੀ ਉਹੀ ਖੁਰਾਕ ਹੁੰਦੇ ਮੱਛੀ ਦੀ, ਉਹੀ ਪਾਣੀ ਨੂੰ ਵੀ ਸਾਫ਼ ਰੱਖਦੇ ਨੇ। ਅਤੇ ਉਹਦੇ ਇਲਾਵਾ ਦੂਜਾ ਹੈਗਾ ਰੀਸਰਕੂਲੇਟਰੀ ਐਕੁਆਕਲਚਰ, RAS ਕਹਿੰਦੇ ਹੈ, ਰੀਸਰਕੂਲੇਟਰੀ ਐਕੁਆਕਲਚਰ ਸਿਸਟਮ। ਉਹਦੇ ਵਿੱਚ ਪਾਣੀ ਉਹੀ ਪਾਣੀ ਤੁਹਾਨੂੰ ਪਾਣੀ ਦੀ ਘਾਟ ਲੋੜ ਪੈਂਦੀ ਹੈ, ਥਾਂ ਦੀ ਘਾਟ ਦੀ ਲੋੜ ਪੈਂਦੀ ਹੈ, ਅਤੇ ਉਤਪਾਦਨ ਜਿਹੜਾ ਹੈ ਉਹ 10 times ਜ਼ਿਆਦਾ ਹੁੰਦਾ ਹੈ। ਇੱਕ ਤੁਸੀਂ ਤਲਾਬ 'ਚ ਕਰੋ, ਇੱਕ ਤੁਸੀਂ RAS ਜਾਂ ਬਾਇਓਫਲੋਕ 'ਚ ਕਰੋ, ਤਾਂ ਤੁਹਾਡਾ ਘੱਟ ਥਾਂ ਦੇ ਉੱਤੇ 10 times ਸਟੋਕਿੰਗ ਇੰਟੈਂਸਿਟੀ ਜ਼ਿਆਦਾ ਹੋ ਜਾਂਦੀ ਹੈ। ਸਰ, ਪੰਜਾਬ ਦੇ ਕਿਸਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ, ਖਾਸ ਕਰਕੇ ਨੌਜਵਾਨਾਂ ਨੂੰ, ਕਿਉਂਕਿ ਨੌਜਵਾਨ ਰੋਜ਼ਗਾਰ ਲਈ ਵਿਦੇਸ਼ਾਂ 'ਚ ਜਾਂਦੇ ਆ, ਕੋਈ ਕੰਮ ਕਰਦਾ, ਸੋ ਉਹਨਾਂ ਨੂੰ ਕੀ? ਮੈਂ ਕਹਿਣਾ ਚਾਹਾਂਗਾ ਕਿ ਕੋਈ ਵੀ ਕਿੱਤਾ ਕਰਨਾ ਤੁਸੀਂ, ਭਾਵੇਂ ਖੇਤੀ ਦਾ ਕਰਨਾ ਹੋ, ਭਾਵੇਂ ਪਸ਼ੂ ਪਾਲਣ ਦਾ ਕਰਨਾ ਹੋ, ਭਾਵੇਂ ਤੁਸੀਂ ਫਿਸ਼ਰੀ ਦਾ ਜਾਂ ਝੀਂਗਾ ਪਾਲਣ ਦਾ ਕਰਨਾ ਹੋ, ਪਹਿਲੀ ਚੀਜ਼ ਹੈਗੀ ਕਿ ਟ੍ਰੇਨਿੰਗ ਲੈ ਕੇ ਪਹਿਲਾਂ ਆਪਣਾ ਗਿਆਨ ਬੜਾਓ। ਗਿਆਨ ਬੜਾ ਕੇ ਤਾਂ ਤੁਸੀਂ ਕਰਨਾ ਚਾਹੀਦਾ, ਬਿਨਾਂ ਗਿਆਨ ਕੇ ਜੇ ਕਰੋਗੇ ਤਾਂ ਨੁਕਸਾਨ ਉਠਾਓਗੇ, ਫਿਰ ਤੁਸੀਂ ਉਹਨੂੰ ਕਹੋਗੇ ਕਿ ਕਿੱਤਾ ਠੀਕ ਨਹੀਂ ਹੈਗਾ। ਕਿੱਤੇ ਸਾਰੇ ਠੀਕ ਹੈ, ਭਾਵੇਂ ਤੁਸੀਂ ਖੇਤੀ ਵੀ ਕਰਨੀ ਹੋ, ਉਹ ਵੀ ਚੰਗੀ ਤਰ੍ਹਾਂ ਦੇ ਕਰੋਗੇ, ਗਿਆਨ ਦੇ ਨਾਲ ਕਰੋਗੇ, ਸਾਇੰਟੀਫਿਕ ਤਰੀਕੇ ਦੇ ਨਾਲ ਕਰੋਗੇ, ਤਾਂ ਤੁਸੀਂ ਮੁਨਾਫਾ ਜ਼ਰੂਰ ਉਠਾਓਗੇ। ਹਾਂਜੀ, ਜਿਵੇਂ ਕਿ ਤੁਸੀਂ ਕਿਹਾ ਕਿ ਆਪਾਂ ਗੱਲ ਕਰਨੀ ਹੈ ਮੱਛੀ ਪਾਲਣ ਬਾਰੇ, ਕਿ ਪੰਜਾਬ ਵਿੱਚ ਮੱਛੀ ਪਾਲਣ ਦਾ ਕੀ ਸਟੇਟਸ ਹੈਗਾ ਅਤੇ ਕੀ ਸਕੋਪ ਹੈਗਾ ਆਉਣ ਵਾਲੇ ਦਿਨਾਂ ਵਿੱਚ। ਅਤੇ ਇੱਥੇ ਮੈਂ ਦੱਸਣਾ ਚਾਹਾਂਗੀ ਕਿ ਜਿਹੜੀ ਪੰਜਾਬ ਸਟੇਟ ਹੈਗੀ ਹੈ, ਇਹਦੇ ਵਿੱਚ ਸਾਡੇ ਕੋਲ 2 types ਦਾ ਪਾਣੀ ਅਵੇਲੇਬਲ ਹੈਗਾ। ਇੱਕ ਹੈਗਾ ਮਿੱਠਾ ਪਾਣੀ, ਜਿਹਨੂੰ ਅਸੀਂ ਫਰੈਸ਼ ਵਾਟਰ ਕਹਿੰਦੇ ਹਾਂ, ਅਤੇ ਦੂਸਰਾ ਹੈਗਾ ਖਾਰਾ ਪਾਣੀ।
ਅਤੇ ਫਿਰ ਇਸ ਕਰਕੇ ਸਾਡੇ ਕੋਲ ਜਿਹੜੀਆਂ ਆਪਸ਼ਨਸ ਆ ਉਹ ਵੀ ਵੱਧ ਜਾਂਦੀਆਂ ਕਿ ਅਸੀਂ ਮਿੱਠੇ ਪਾਣੀ ਵਿੱਚ ਵੀ ਮੱਛੀ ਪਾਲਣ ਕਰ ਸਕਦੇ ਹਾਂ ਅਤੇ ਖਾਰੇ ਪਾਣੀ ਵਿੱਚ ਵੀ ਅਸੀਂ ਕੋਈ ਜਿਹੜਾ ਸੂਟੇਬਲ ਜਲ ਜੀਵ ਹੈ ਉਹਨੂੰ ਵੀ ਅਸੀਂ ਪੈਦਾ ਕਰ ਸਕਦੇ ਹਾਂ। ਅਤੇ ਜਿੱਥੇ ਤੱਕ ਸਵਾਲ ਹੈਗਾ ਵੀ ਕਿਹੜੇ ਕਿਹੜੇ ਇਲਾਕੇ ਵਿੱਚ ਮੱਛੀ ਪਾਲਣ ਹੋ ਰਿਹਾ, ਤਾਂ ਤਕਰੀਬਨ ਪੂਰੇ ਪੰਜਾਬ ਵਿੱਚ ਹੀ ਜਿਹੜੇ ਸਾਡੇ ਕਿਸਾਨ ਆ ਉਹ ਮੱਛੀ ਪਾਲਣ ਕਰ ਰਹੇ ਨੇ। ਅਤੇ ਪਿਛਲੇ 20 ਸਾਲਾਂ ਵਿੱਚ ਜਿਹੜਾ ਇਹਦਾ ਰਕਬਾ ਹੈ ਕਾਫੀ ਜ਼ਿਆਦਾ ਜਿਹੜਾ ਹੈ ਇਨਕਰੀਜ਼ ਹੋਇਆ ਹੈ। ਅਤੇ ਅਸੀਂ ਅੱਜ ਦੀ ਗੱਲ ਕਰੀਏ ਤਾਂ ਤਕਰੀਬਨ 43,000 ਏਕੜ ਤੋਂ ਜ਼ਿਆਦਾ ਰਕਬਾ ਜਿਹੜਾ ਮੱਛੀ ਪਾਲਣ ਅਧੀਨ ਹੈਗਾ। ਇਹਦੇ ਵਿੱਚ ਸਾਡੇ ਕਿਸਾਨ ਵੀਰਾਂ ਨੇ ਆਪਣੇ ਨਿੱਜੀ ਤੌਰ 'ਤੇ ਵੀ ਤਲਾਬ ਬਣਾਏ ਹੋਏ ਨੇ ਅਤੇ ਜਿਹੜੇ ਸਾਡੇ ਪੰਚਾਇਤੀ ਛੱਪੜ ਹੁੰਦੇ ਆ ਉਹਦੇ ਵਿੱਚ ਵੀ ਮੱਛੀ ਪਾਲਣ ਹੁੰਦਾ ਹੈਗਾ। ਅਤੇ ਜੇ ਆਪਾਂ ਗੱਲ ਕਰੀਏ ਕਿਸਮਾਂ ਦੀ, ਅਤੇ ਸਾਡੇ ਕੋਲ ਜਿਹੜਾ ਹੈਗਾ ਮੁੱਖ ਤੌਰ 'ਤੇ ਕਾਰਪ ਮੱਛੀਆਂ ਹੁੰਦੀਆਂ ਨੇ, ਜਿਵੇਂ ਕਿ ਕਤਲਾ, ਰੋਹੂ, ਮਰੀਗਲ, ਇਹ ਨਾਮ ਤੁਸੀਂ ਸੁਣੇ ਹੋਣਗੇ, ਸਿਲਵਰ ਕਾਰਪ ਹੈ, ਕੋਮਨ ਕਾਰਪ ਹੈ, ਗ੍ਰਾਸ ਕਾਰਪ ਹੈਗੇ। ਸੋ ਇਹ 6 ਤਰ੍ਹਾਂ ਦੀਆਂ ਮੱਛੀਆਂ ਜਿਹੜੇ ਸਾਡੇ ਕਿਸਾਨ ਵੀਰ ਜਿਹੜੇ ਰਿਵਾਇਤੀ ਤੌਰ ਤੋਂ ਕਾਫੀ ਸਾਲਾਂ ਤੋਂ ਜਿਹੜੇ ਹੈ ਇਹਨੂੰ ਪੈਦਾ ਕਰ ਰਹੇ ਨੇ। ਸੋ ਇਹ ਜਿਹੜੀ ਕਾਰਪ ਮੱਛੀ ਪਾਲਣ ਹੈਗਾ, ਜੇ ਅਸੀਂ ਇਹਦੀ ਗੱਲ ਕਰੀਏ ਤਾਂ ਅਸੀਂ 1 ਸਾਲ ਵਿੱਚ 2 ਤੋਂ 3 ਟਨ ਜਿਹੜੀ ਮੱਛੀ 1 ਏਕੜ 'ਚੋਂ ਆਰਾਮ ਨਾਲ ਕੱਢ ਸਕਦੇ ਹਾਂ। ਅਤੇ ਜਿਹੜੇ ਸਾਡੇ ਕਿਸਾਨ ਵੀਰ ਹੈਗੇ ਆ 1.5 ਲੱਖ ਤੋਂ 1.5 ਲੱਖ ਦਾ ਜਿਹੜਾ ਸ਼ੁੱਧ ਮੁਨਾਫਾ 1 ਏਕੜ 'ਚੋਂ 1 ਸਾਲ ਦਾ ਕਮਾ ਸਕਦੇ ਆ। ਸੋ ਇਹ ਤਾਂ ਹੋ ਗਈ ਬੇਸਿਕ ਮੱਛੀ ਪਾਲਣ ਤਕਨੀਕ ਜਿਹੜੀ ਹੈ ਸਾਰੇ ਪੰਜਾਬ ਦੇ ਵਿੱਚ ਹੋ ਰਹੀ ਹੈ। ਲੇਕਿਨ ਯੂਨੀਵਰਸਿਟੀ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਉਹ ਵਿਸ਼ੇਸ਼ ਉਪਰਾਲਾ ਇਹ ਹੈਗਾ ਕਿ ਅਸੀਂ ਕਿਵੇਂ ਆਪਣੀ ਜਿਹੜੀ ਉਤਪਾਦਨ ਨੂੰ ਵਧਾਇਆ ਜਾਵੇ, ਉਤਪਾਦਕਤਾ ਨੂੰ ਵਧਾਇਆ ਜਾਵੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਮ ਤੌਰ 'ਤੇ ਅਸੀਂ ਅਖਬਾਰਾਂ ਵਿੱਚ ਵੀ ਪੜ੍ਹਦੇ ਹਾਂ ਕਿ ਗਲੋਬਲ ਵਾਰਮਿੰਗ ਹੋ ਰਹੀ ਹੈ, ਕਲਾਈਮੇਟ ਚੇਂਜ ਹੋ ਰਿਹਾ, ਸਾਡੇ ਸਰੋਤ ਘਟਦੇ ਜਾ ਰਹੇ ਨੇ। ਲੇਕਿਨ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੀ ਜਨਸੰਖਿਆ ਤਾਂ ਲਗਾਤਾਰ ਵੱਧ ਰਹੀ ਹੈ ਅਤੇ ਸਾਨੂੰ ਫੂਡ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਤਾਂ ਲਗਾਤਾਰ ਵੱਧ ਰਹੀ ਹੈ। ਸੋ ਚਾਹੇ ਉਹ ਅਸੀਂ ਖੇਤੀਬਾੜੀ ਤੋਂ ਅਨਾਜ ਲਿਆਈਏ, ਚਾਹੇ ਅਸੀਂ ਪਸ਼ੂ ਪਾਲਣ ਕਿੱਤਿਆਂ ਤੋਂ ਜਿਹੜਾ ਸਾਡਾ ਆਪਣਾ ਜਿਹੜਾ ਖੁਰਾਕ ਨੂੰ ਪੈਦਾ ਕਰੀਏ ਹਿਊਮਨ ਕੰਜ਼ਮਪਸ਼ਨ ਵਾਸਤੇ, ਤਾਂ ਉਹਦੇ ਵਿੱਚ ਇੱਕ ਮੱਛੀ ਪਾਲਣ ਦਾ ਵੀ ਧੰਦਾ ਆਉਂਦਾ ਹੈਗਾ। ਸੋ ਯੂਨੀਵਰਸਿਟੀ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਕਿ ਕੁਝ ਐਸੀਆਂ ਕਿਸਮਾਂ ਨੂੰ ਵੀ ਅਸੀਂ ਉਤਸ਼ਾਹਿਤ ਕਰੀਏ ਜਿਹਦੇ ਨਾਲ ਅਸੀਂ ਬਿਨਾਂ ਜ਼ਿਆਦਾ ਪਾਣੀ ਤੋਂ, ਬਿਨਾਂ ਜ਼ਿਆਦਾ ਰਕਬੇ ਤੋਂ ਅਸੀਂ ਉਸੇ ਏਰੀਆ ਤੋਂ ਜ਼ਿਆਦਾ ਮੱਛੀ ਪੈਦਾ ਕਰ ਸਕੀਏ। ਸੋ ਇੱਕ ਜਿਹੜੀ ਨਿਊ ਜਾਂ ਨਵੀਂ ਕਿਸਮ ਆਪਾਂ ਕਹਾਂਗੇ ਉਹਨੂੰ ਕਹਿੰਦੇ ਆ ਪੰਗਾਸ ਮੱਛੀ। ਤੋਂ ਯੂਨੀਵਰਸਿਟੀ ਵੱਲੋਂ ਪਿਛਲੇ 8-10 ਸਾਲਾਂ ਤੋਂ ਇਹਦੇ ਇਸ ਮੱਛੀ ਨਾਲ ਵੀ ਅਸੀਂ ਬਹੁਤ ਸਾਰੇ ਤਜਰਬੇ ਕੀਤੇ ਨੇ। ਅਤੇ ਜੇ ਅਸੀਂ 1 ਏਕੜ ਵਿੱਚ ਕਾਰਪ ਮੱਛੀ ਨੂੰ ਛੱਡ ਕੇ ਪੰਗਾਸ ਮੱਛੀ ਪਾਲਦੇ ਹਾਂ ਅਤੇ ਜਿੱਥੇ ਅਸੀਂ 2-2.5 ਜਾਂ 3 ਟਨ ਮੱਛੀ ਪੈਦਾ ਕਰਾਂਗੇ ਕਾਰਪ ਰਾਹੀਂ, ਅਤੇ ਪੰਗਾਸ ਮੱਛੀ ਨਾਲ ਅਸੀਂ 7-8 ਟਨ ਮੱਛੀ ਜਿਹੜੀ ਉਹ ਪੈਦਾ ਕਰ ਸਕਦੇ ਹਾਂ। ਅਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਕਾਰਪ ਕਰਨ ਨਾਲ ਅਸੀਂ 1.5 ਲੱਖ ਤੋਂ 1.5 ਲੱਖ ਦਾ ਮੁਨਾਫਾ ਅਸੀਂ 1 ਸਾਲ 'ਚ ਕਮਾਉਂਦੇ ਹਾਂ, ਅਤੇ ਪੰਗਾਸ ਮੱਛੀ ਜੇ ਪਾਲਾਂਗੇ ਤਾਂ ਸਾਨੂੰ 2.25 ਲੱਖ ਤੋਂ ਲੈ ਕੇ 2.5 ਲੱਖ ਦਾ ਸ਼ੁੱਧ ਮੁਨਾਫਾ ਜਿਹੜਾ 7-8 ਮਹੀਨਿਆਂ 'ਚ ਹੋ ਜਾਂਦਾ। ਸੋ ਤੁਸੀਂ ਦੇਖੋ ਕਿ ਅਸੀਂ ਉਹੀ ਰਕਬਾ ਹੈ, ਉਹੀ ਪਾਣੀ ਹੈ, ਬਟ ਸਾਡਾ ਉਤਪਾਦਨ ਜਿਹੜਾ ਹੈਗਾ 2-3 ਗੁਣਾ ਵੱਧ ਗਿਆ ਅਤੇ ਸਾਡਾ ਜਿਹੜਾ ਸ਼ੁੱਧ ਮੁਨਾਫਾ ਉਹ ਵੀ ਜ਼ਿਆਦਾ ਹੋ ਗਿਆ। ਸਿਰਫ ਇਹਦੇ ਵਿੱਚ ਸਾਨੂੰ ਇੱਕ ਥੋੜ੍ਹੀ ਜਿਹੀ ਪ੍ਰੋਬਲਮ ਇਹ ਆਉਂਦੀ ਹੈ ਕਿ ਇਹ ਜਿਹੜੀ ਮੱਛੀ ਹੈਗੀ ਹੈ ਇਹ ਜ਼ਿਆਦਾ ਘੱਟ ਤਾਪਮਾਨ ਦੇ ਵਿੱਚ ਜਿੰਦਾ ਨਹੀਂ ਰਹਿੰਦੀ, ਸੋ ਇਹਨੂੰ ਅਸੀਂ ਗਰਮੀ ਦੇ ਮੌਸਮ ਦੇ ਵਿੱਚ ਹੀ ਪਾਲਦੇ ਹਾਂ। ਸੋ ਹਰ ਤਰ੍ਹਾਂ ਦਾ ਜਿਹੜਾ ਕਿੱਤਾ ਹੈਗਾ ਜਿਵੇਂ ਕਿ ਕਾਰਪ ਮੱਛੀ ਪਾਲਣ ਦੀ ਆਪਾਂ ਗੱਲ ਕੀਤੀ, ਉਹਦੇ ਵਿੱਚ ਸਾਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ ਕਿਉਂਕਿ ਉਹਦਾ ਜਿਹੜਾ ਬੱਚ ਜਾਂ ਸੀਡ ਆ ਉਹ ਪੰਜਾਬ ਵਿੱਚ ਹੀ ਉਪਲਬਧ ਹੈਗਾ। ਸਾਡੇ ਕੋਲ ਬਹੁਤ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਹੈਚਰੀਆਂ ਹੈਗੀਆਂ, ਕਿਸਾਨ ਉੱਥੇ ਜਾ ਕੇ ਜਿਹੜੀਆਂ ਸੀਡ ਲੈ ਸਕਦੇ ਆ। ਯੂਨੀਵਰਸਿਟੀ ਵੱਲੋਂ ਤਕਨੀਕੀ ਜਾਣਕਾਰੀ ਜਿਵੇਂ ਕਿ ਕਪੈਸਿਟੀ ਬਿਲਡਿੰਗ ਜਾਂ ਸਮਰੱਥਾ ਨਿਰਮਾਣ ਦੀ ਗੱਲ ਕਰੀਏ ਤਾਂ ਅਸੀਂ ਵੱਖ ਵੱਖ ਤਰ੍ਹਾਂ ਦੀਆਂ ਟ੍ਰੇਨਿੰਗ ਪ੍ਰੋਗਰਾਮਸ ਦਿੰਦੇ ਹਾਂ ਕਾਰਪ ਮੱਛੀ ਪਾਲਣ ਨੂੰ ਕਿਵੇਂ ਪਾਲਣਾ ਜਾਂ ਪੰਗਾਸ ਮੱਛੀ ਪਾਲਣ ਨੂੰ ਕਿਵੇਂ ਪਾਲਣਾ ਹੈਗਾ। ਉਹਦੇ ਲਈ ਅਸੀਂ 3 ਰੋਜ਼ਾ 5 ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਰੈਗੂਲਰ ਬੇਸਿਸ 'ਤੇ ਪੂਰਾ ਸਾਲ ਜਿਹੜਾ ਹੈਗਾ ਆਯੋਜਿਤ ਕਰਦੇ ਹੈਗੇ ਹਾਂ। ਸਾਡੇ ਕਿਸਾਨ ਵੀਰ ਜਿਹੜੇ ਹੈਗੇ ਆ ਸਾਨੂੰ ਈਮੇਲ ਰਾਹੀਂ, ਫੋਨ ਰਾਹੀਂ ਜਾਂ ਆਪ ਆ ਕੇ ਜਦੋਂ ਸਾਡੇ ਕੋਲ ਪਸ਼ੂ ਪਾਲਣ ਮੇਲੇ ਹੁੰਦੇ ਆ ਉਦੋਂ ਆ ਕੇ ਉਹ ਆਪਣਾ ਜਿਹੜੀ ਹੈ ਰਿਕੁਐਸਟ ਸਬਮਿਟ ਕਰਾ ਦਿੰਦੇ ਆ ਐਪਲੀਕੇਸ਼ਨ ਫੋਰਮ, ਅਤੇ ਜਦੋਂ ਸਾਡੇ ਕੋਲ ਇੱਕ ਗਰੁੱਪ ਤਿਆਰ ਹੋ ਜਾਂਦਾ ਅਸੀਂ ਉਹਨਾਂ ਨੂੰ ਪਰਸਨਲੀ ਕੰਟੈਕਟ ਕਰਕੇ ਇਨਵਾਈਟ ਕਰਦੇ ਹਾਂ ਕਿ ਉਹ ਸਾਡੇ ਜਿਹੜੇ ਇਹ ਵਾਲੇ ਟ੍ਰੇਨਿੰਗ ਪ੍ਰੋਗਰਾਮ ਆ ਉਹਦੇ ਵਿੱਚ ਆ ਕੇ ਉਹ ਭਾਗ ਲੈਣ। ਇਸ ਤੋਂ ਇਲਾਵਾ ਜਿਹੜੇ ਸਾਡੇ ਮੱਛੀ ਪਾਲਕ ਵੀਰ ਹੈਗੇ ਉਹਨਾਂ ਦੇ ਜਿੰਨੇ ਵੀ ਪਾਣੀ ਦੀ ਟੈਸਟਿੰਗ ਦੀ ਸਹੂਲਤ ਹੈਗੀ ਹੈ ਨਾ, ਕੋਈ ਬਿਮਾਰੀ ਆ ਜਾਂਦੀ ਹੈ ਉਹਦੇ ਲਈ ਵੀ ਅਸੀਂ ਉਹਨਾਂ ਦੀ ਟੈਕਨੀਕਲ ਹੈਂਡ ਹੋਲਡਿੰਗ ਕਰਦੇ ਹਾਂ। ਸੋ ਅੱਜ ਦੀ ਡੇਟ ਦੀ ਜੇ ਅਸੀਂ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਤਕਰੀਬਨ 1,90,000 ਟਨ ਦੇ ਕਰੀਬ ਜਿਹੜੀ ਹੈ ਮੱਛੀ ਪੈਦਾ ਹੋ ਰਹੀ ਹੈ। ਔਰ ਜੇ ਅਸੀਂ ਗੱਲ ਕਰੀਏ ਕਿ ਮੱਛੀ ਦੀ ਖਪਤ ਬਾਰੇ
ਅਤੇ ਜਿਹੜਾ ਸਾਡਾ ਪੰਜਾਬੀ ਲੋਕ ਨੇ ਉਹ ਜ਼ਿਆਦਾਤਰ ਬਿਨਾਂ ਕੰਡੇ ਦੀ ਮੱਛੀ ਖਾਣਾ ਜ਼ਿਆਦਾ ਪਸੰਦ ਕਰਦੇ ਨੇ। ਸੋ ਯੂਨੀਵਰਸਿਟੀ ਵੱਲੋਂ ਇਹ ਵਿਸ਼ੇਸ਼ ਉਪਰਾਲੇ ਕੀਤਾ ਜਾ ਰਿਹਾ ਕਿ ਅਸੀਂ ਇਹੋ ਜਿਹੀ ਮੱਛੀਆਂ ਨੂੰ ਵੀ ਮੱਛੀ ਪਾਲਣ ਵਿੱਚ ਲੈ ਕੇ ਆਈਏ ਜਿਹਦੇ ਵਿੱਚ ਘੱਟ ਕੰਡਾ ਹੋਵੇ। ਅਤੇ ਜਿਵੇਂ ਤੁਸੀਂ ਸਾਡੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਨਾਲ ਵੀ ਗੱਲ ਕੀਤੀ ਹੈਗੀ ਹੈ ਅਤੇ ਉਹਨਾਂ ਨੇ ਦੱਸਿਆ ਕਿ ਜਿਹੜੇ ਸਾਡੇ ਖਾਰੇ ਪਾਣੀ ਦੇ ਇਲਾਕੇ ਹੈਗੇ ਆ ਉੱਥੇ ਅਸੀਂ ਝੀਂਗਾ ਪਾਲਣ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਉਹਦੇ ਵਿੱਚ ਜਿਹੜਾ ਸਾਨੂੰ ਮੁਨਾਫਾ ਹੁੰਦਾ ਹੈ ਉਹ ਬਹੁਤ ਹੀ ਜ਼ਿਆਦਾ ਹੈਗਾ ਅਤੇ ਫਸਲ ਦੀ ਮਿਆਦ ਵੀ ਘੱਟ ਹੈ, ਸਿਰਫ 4 ਮਹੀਨੇ ਹੈਗੀ ਹੈ। ਸੋ ਜੇ ਆਪਾਂ ਮੱਛੀ ਪਾਲਣ ਜਾਂ ਜਲ ਖੇਤੀ ਨੂੰ ਓਵਰਆਲ ਵਿਊ ਦੇਖੀਏ ਉਹਦਾ, ਤਾਂ ਇਹ ਇੱਕ ਐਸਾ ਕਿੱਤਾ ਹੈ ਜਿਹਨੂੰ ਅਸੀਂ ਅਪਣਾ ਕੇ ਨਾ ਕੇਵਲ ਆਪਣਾ ਕਿਸਾਨ ਦਾ ਜਿਹੜਾ ਮੁਨਾਫਾ ਹੈ ਦੋਗੁਣਾ ਜਾਂ ਤਿਗਣਾ ਕਰ ਸਕਦੇ ਹੈਗੇ ਆ, ਬਲਕਿ ਅਸੀਂ ਵੀ ਇਹਦੇ ਵਿੱਚ ਕਹਿ ਲਓ ਵੀ ਇਸ ਪੱਖੋਂ ਵੀ ਇਹ ਲਾਭਦਾਇਕ ਹੈ ਕਿ ਜਿਹੜੀਆਂ ਸਾਡੀਆਂ ਬੇਕਾਰ ਪਈਆਂ ਜ਼ਮੀਨਾਂ ਨੇ, ਚਾਹੇ ਉਹ ਸੇਮ ਦੀਆਂ ਨੇ ਭਾਵਾਂ ਉਹ ਉੱਥੇ ਮਿੱਠਾ ਪਾਣੀ ਹੈ ਚਾਹੇ ਖਾਰਾ ਪਾਣੀ ਹੈ, ਉੱਥੇ ਸਾਨੂੰ ਕੋਈ ਹੋਰ ਫਸਲ ਨਹੀਂ ਮਿਲ ਰਹੀ ਹੈ। ਜੇ ਅਸੀਂ ਉਸ ਏਰੀਏ ਦੇ ਵਿੱਚ ਮੱਛੀ ਪਾਲਣ ਜਾਂ ਝੀਂਗਾ ਪਾਲਣ ਨੂੰ ਉਤਸ਼ਾਹਿਤ ਕਰਦੇ ਹਾਂ ਤਾਂ ਇਹਦਾ ਇੱਕ ਸਾਨੂੰ ਵਾਤਾਵਰਨਿਕ ਜਿਹੜਾ ਫਾਇਦਾ ਵੀ ਹੁੰਦਾ ਕਿ ਅਸੀਂ ਜਿਹੜੇ ਸਾਡੇ ਮਲਟੀਪਲ ਯੂਜ ਸਰੋਤ ਹੈਗੇ ਆ ਜਿਵੇਂ ਸਾਡੀ ਜ਼ਮੀਨ ਹੈ ਜਾਂ ਮਿੱਠੇ ਪਾਣੀ ਦੇ ਸਰੋਤ ਹੈ ਉਹਦੇ 'ਤੇ ਪ੍ਰੈਸ਼ਰ ਨਾ ਪਾ ਕੇ ਅਸੀਂ ਉਹਨਾਂ ਏਰੀਏਜ਼ ਨੂੰ ਡੀਗ੍ਰੇਡਿਡ ਲੈਂਡਸ ਨੂੰ ਯੂਜ਼ ਕਰੀਏ ਮੱਛੀ ਪਾਲਣ ਲਈ ਅਤੇ ਵਾਧੂ ਮੱਛੀ ਪੈਦਾ ਕਰਕੇ ਜਿਹੜੀ ਆ ਆਪਾਂ ਆਪਣੀ ਭੋਜਨ ਅਤੇ ਕਹਿ ਲਓ ਪੋਸ਼ਣ ਸੁਰੱਖਿਆ ਨੂੰ ਅਸੀਂ ਵਧਾ ਸਕਦੇ ਹਾਂ। ਮੈਮ, ਹੁਣ ਨਵੇਂ ਮਾਡਲ ਜਿਹੜੇ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਗਏ ਨੇ ਡੇਅਰੀ ਫਾਰਮਿੰਗ ਦੇ ਨਾਲ ਜਾਂ ਫਿਰ ਅਸੀਂ ਕਹਿ ਦਈਏ ਕਿ ਮੁਰਗੀ ਫਾਰਮ ਦੇ ਨਾਲ ਜਿਹੜੇ ਨੇ ਫਿਸ਼ ਫਾਰਮਿੰਗ ਜਿਹੜੀ ਕੀਤੀ ਜਾਂਦੀ, ਲੱਗਦਾ ਕਿ ਇਹਦੇ ਵੀ ਜਿਹੜੇ ਨੇ ਕਾਫੀ ਜ਼ਿਆਦਾ ਜਿਹੜਾ। ਹਾਂਜੀ, ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਕਾਰਪ ਮੱਛੀ ਪਾਲਣ ਦੀ ਗੱਲ ਕੀਤੀ, ਇਹ ਸਾਡੀ ਰਵਾਇਤੀ ਮੱਛੀ ਪਾਲਣ ਤਕਨੀਕ ਹੈਗੀ ਹੈ। ਇਸ ਨੂੰ ਅਸੀਂ ਬੜੀ ਆਸਾਨੀ ਨਾਲ ਕਿਸੇ ਵੀ ਪਸ਼ੂ ਪਾਲਣ ਕਿੱਤੇ ਨਾਲ ਜੋੜ ਸਕਦੇ ਹਾਂ, ਜਿਵੇਂ ਕਿ ਪਸ਼ੂ ਮੁਰਗੀ ਪਾਲਣ ਹੋਇਆ, ਸੂਰ ਪਾਲਣ ਹੋਇਆ, ਡੇਅਰੀ ਫਾਰਮਿੰਗ ਹੋਈ, ਬੱਕਰੀ ਪਾਲਣ ਹੋਇਆ। ਇਹਦਾ ਕਾਰਨ ਇਹ ਹੈ ਕਿ ਜਿਹੜੀ ਸਾਡੀ ਕਾਰਪ ਮੱਛੀ ਪਾਲਣ ਹੈਗੀ ਹੈ ਇਹਦੇ ਵਿੱਚ ਅਸੀਂ ਕਿਸੇ ਵੀ ਪਸ਼ੂ ਤੋਂ ਲੈ ਕੇ ਜਿਹੜਾ ਉਹਦਾ ਮਲ ਮੂਤਰ ਹੈ ਜਾਂ ਗੋਬਰ ਹੈ ਜਾਂ ਖਾਦ ਹੈ ਉਹਨੂੰ ਅਸੀਂ ਮੱਛੀ ਤਲਾਅ ਵਿੱਚ ਰੀਸਾਈਕਲ ਕਰ ਸਕਦੇ ਹਾਂ ਖਾਦ ਵਜੋਂ ਅਤੇ ਖੁਰਾਕ ਵਜੋਂ। ਸੋ ਇੱਕ ਮੱਛੀ ਪਾਲਣ ਹੀ ਇੱਕ ਐਸਾ ਕਿੱਤਾ ਹੈ ਜਿਹਨੂੰ ਬੜੀ ਆਸਾਨੀ ਨਾਲ ਅਸੀਂ ਪਸ਼ੂ ਪਾਲਣ ਕਿੱਤਿਆਂ ਨਾਲ ਅਤੇ ਖੇਤੀਬਾੜੀ ਕਿੱਤਿਆਂ ਨਾਲ ਜੋੜ ਕੇ ਨਾ ਕੇਵਲ ਅਸੀਂ ਮੱਛੀ ਪਾਲਣ ਤੋਂ ਹੋਣ ਵਾਲੇ ਫਾਇਦੇ ਨੂੰ ਵਧਾ ਸਕਦੇ ਹਾਂ ਬਲਕਿ ਇਹਦੇ ਵਿੱਚ ਮੱਛੀ ਤਲਾਅ ਜਿਹੜਾ ਇੱਕ ਸਟੋਰੇਜ ਟੈਂਕ ਦਾ ਵੀ ਕੰਮ ਕਰੇਗਾ। ਸੋ ਯੂਨੀਵਰਸਿਟੀ ਵੱਲੋਂ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਜਿਹੜੇ ਵੀ ਅਸੀਂ ਤਲਾਅ ਤਿਆਰ ਕਰਨੇ ਆ ਉਹਨੂੰ ਸਿਰਫ ਮੱਛੀ ਪਾਲਣ ਲਈ ਯੂਜ਼ ਨਾ ਕਰੀਏ, ਉਹਨੂੰ ਅਸੀਂ ਐਜ਼ ਏ ਪਾਣੀ ਸਟੋਰੇਜ ਨੂੰ ਸਟੋਰ ਕਰਨ ਲਈ ਇੱਕ ਸਟੋਰੇਜ ਟੈਂਕ ਦੀ ਵਜੋਂ ਵਰਤੇ ਕਰੀਏ ਉਹਦੀ, ਔਰ ਉੱਥੋਂ ਹੀ ਪਾਣੀ ਲੈ ਕੇ ਅਸੀਂ ਆਪਣੇ ਖੇਤਾਂ ਦੀ ਸਿੰਚਾਈ ਕਰੀਏ। ਸੋ ਇਹਦੇ ਨਾਲ ਕੀ ਹੋਏਗਾ ਕਿ ਖੇਤਾਂ ਵਿੱਚ ਸਾਨੂੰ ਖਾਦਾਂ ਦੀ ਲੋੜ ਘੱਟ ਪਵੇਗੀ ਅਤੇ ਉਹਦੇ ਵਿੱਚ ਵੀ ਖਰਚਾ ਘਟੇਗਾ।